ਜੋ ਬੋਲੇ ਸੋ ਨਿਰਭੈ। ਸਤਿਗੁਰ ਰਵਿਦਾਸ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ, ਬਾਬਾ ਪਿੱਪਲਦਾਸ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ, ਸਤਿਗੁਰ ਸਵਾਮੀ ਸਰਵਣ ਦਾਸ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ, ਸਤਿਗੁਰ ਸਵਾਮੀ ਹਰਿਦਾਸ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ, ਸਤਿਗੁਰ ਸਵਾਮੀ ਗਰੀਬਦਾਸ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ, ਅਮਰ ਸ਼੍ਰੀ ਸੰਤ ਰਾਮਾਨੰਦ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ, ਸਰਬੇਕ ਭਗਵਾਨ ਕੀ ਜੈ। ਕੋ
ਹਰ ਸੋਹੀ ਰਾਸ਼ਾਡ ਕੈ ਕਰਹਿ ਬਾਬਾ ਪਿੱਪਲ ਦਾਸ ਗੁਰੂ ਸਰਵਣ ਦਾਸ ਹਰੀ ਦਾਸ ਗੁਰੂ ਜੋਏ ਸੋ ਹਮਰੀ ਸੋ ਚਰਨ ਕਮਲ ਕਾ ਚਰਨ ਕਮਲ ਕੋ ਦੰਡਵਤ ਕੋਟ ਕੋਟ ਪ੍ਰਣਾਮ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਤੋਈ ਮੋਹੀ ਮੋਹੀ ਤੋਹੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤੋਹੀ ਮੋਹੀ ਮੋਹੀ ਤੋਹੀ ਅੰਤਰ
सुंदर कैसा दोही मोही मोही दोही अंतर कैसा मोही मोही दोही अंतर कैसा कनक कटक जल कंद जैसा कनक कटक जल कंद जैसा दोही मोही मोही दोही अंतर कैसा दोही मोही मोही दोही अंतर कैसा Thank you.
कटक जल रंग जैसा
काम देने
बस गाए काम तेन बस जाए चार पदा नवनिध कर कलता
Ram Naam Sar Naam
सहज समाद उपार रह गुण बड़े पार सुरतर चिंता
बेगम पूरा सहर को ना
Oh,
सुमित हमारा
ਆਓ ਕਰਨ ਰਾਮ।
ਹੁਕਮ ਤੇ ਕਰੇ ਆਲਚ ਸੰਸਾਰ।
ਬਲਿਹਾਰੇ ਜਾਵਾਂ, ਮੈਂ ਬਲਿਹਾਰੇ ਜਾਵਾਂ, ਮੈਂ ਬਲਿਹਾਰੇ ਜਾਵਾਂ, ਜਾਵਾਂ ਜੀ ਆਪਣੇ ਸਤਿਗੁਰ ਤੋਂ, ਮੈਂ ਬਲਿਹਾਰੇ ਜਾਵਾਂ, ਜਾਵਾਂ ਜੀ ਆਪਣੇ ਸਤਿਗੁਰ ਤੋਂ। ਪਾਠ ਪੜਾਵੇ ਸਭ ਨੂੰ, ਸਰ ਆਏ ਗੜ ਲਾ
ਜਾਗੁਰ ਤੋਂ ਮੈਂ ਬਲਿਹਾਰੇ ਜਾਵਾਂ ਜਾਵਾਂ ਜੀ ਆਪਣੇ ਸਤਿਗੁਰ ਤੋਂ ਮੈਂ ਬਲਿਹਾਰੇ ਜਾਵਾਂ ਜਾਵਾਂ ਜੀ ਆਪਣੇ ਸਤਿਗੁਰ ਤੋਂ ਸੀਸ ਨਿਭਾਵਾਂ
ਬਲਿਹਾਰੇ ਜਾਵਾਂ ਸਤਿਗੁਰ ਤੋਂ ਮੈਂ ਬਲਿਹਾਰੇ ਜਾਵਾਂ ਜਾਵਾਂ ਜੀ ਆਪਣੇ ਸਤਿਗੁਰ ਤੋਂ ਮੈਂ ਬਲਿਹਾਰੇ ਜਾਵਾਂ ਜਾਵਾਂ ਜੀ ਆਪਣੇ ਸਤਿਗੁਰ ਤੋਂ ਬਲਿਹਾਰੇ ਜਾਵਾਂ ਸਤਿਗੁਰ ਤੋਂ ਬਲਿਹਾਰੇ ਜਾਵਾਂ ਸਤਿਗੁਰ ਬਲਿਹਾਰੇ ਜਾਵਾਂ ਸਤਿਗੁਰ ਤੋਂ ਸਤਿਗੁਰ ਸਵਾਮੀ ਸਰਵਣ ਦਾਸ ਮਹਾਰਾਜ ਕੀ ਜੈ। ਜੈ ਗੁਰਦੇਵ, ਧੰਨ ਗੁਰਦੇਵ, ਸਤਨਾਮ 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 ਜੀ। ਸਤਨਾਮ ਸਤਨਾਮ। ਬਹੁਤ ਜਨਮ ਬਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵ, ਚਿਰ ਭਇਓ ਦਰਸ਼ਨ ਦੇਖੇ। ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ, ਪ੍ਰਾਣ ਜਾਏਂਗੇ ਛੂਟ। ਕਬੀਰ ਮੇਰੀ ਜਾਤ ਕੋ, ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ, ਜੇ ਜਪਿਓ ਸਿਰਜਣਹਾਰ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸਭ ਸੰਗਤਾਂ ਬਹੁਤ ਹੀ ਵਡਭਾਗੀ ਹੋ ਕਿ ਆਪ ਸਭ ਸੰਗਤਾਂ ਬ੍ਰਹਮ ਗਿਆਨੀ ਬ੍ਰਹਮਲੀਨ ਗਰੀਬਾਂ ਦੇ ਮਸੀਹਾ ਪਰਮਾਤਮਾ ਸਰੂਪ ਸਤਿਗੁਰ ਸਵਾਮੀ ਸਰਵਨ ਦਾਸ ਮਹਾਰਾਜ ਜੀ ਦੇ ਪਾਵਨ
ਪਵਿੱਤਰ ਦਰਬਾਰ ਤੇ ਬੈਠ ਕੇ ਡੇਰੇ ਦੇ ਮੌਜੂਦਾ ਗੱਦੀ ਨਿਸ਼ੇਧ ਦਇਆ ਦੇ ਸਾਗਰ ਨਿਮਰਤਾ ਦੇ ਪੁਜਾਰੀ ਸ਼ਾਂਤੀ ਦੇ ਪੁੰਜ ਘਟ ਘਟ ਦੀ ਜਾਣਨ ਵਾਲੇ ਪਰਮੇਸ਼ਰ ਸਰੂਪ ਸਤਿਗੁਰ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹਨ। ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ। ਪੂਰਨ ਸਾਧੂ ਮਹਾਤਮਾ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰੇ ਕਰਨ ਦੇ ਨਾਲ ਇਹ ਜਿਹੜਾ ਜੀਵ ਦਾ ਜੀਵਨ ਹੈ ਸਫਲ ਹੋ ਜਾਂਦਾ ਹੈ। ਸਾਧੂ ਮਹਾਤਮਾ ਇਸ ਸੰਸਾਰ ਦੇ ਵਿੱਚ ਆ ਕੇ ਆਪ ਨਾਮ ਜਪਦੇ ਨੇ ਤੇ ਜਿਹੜੀਆਂ ਰੂਹਾਂ ਉਸ ਮਾਲਕ ਤੋਂ ਉਸ ਪਰਮੇਸ਼ਰ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਨੇ ਉਹਨਾਂ ਦਾ ਮਿਲਾਪ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਨਾਲ ਕਰਵਾਉਂਦੇ ਨੇ। ਸਭ ਤੋਂ ਪਹਿਲਾਂ ਜੀਵ ਨੂੰ ਗੁਰੂ ਵਾਲੇ ਬਣਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਗੁਰੂ ਤੋਂ ਬਿਨਾਂ ਇਸ ਜੀਵ ਦੇ ਜੀਵਨ ਦਾ ਕੋਈ ਪਾਰ ਉਤਾਰਾ ਨਹੀਂ ਕਿਉਂਕਿ ਗੁਰੂ ਨੇ ਹੀ ਇਸ ਜੀਵ ਆਤਮਾ ਦਾ ਉਧਾਰ ਕਰਨਾ ਹੈ ਪਾਰ ਉਤਾਰਾ ਕਰਨਾ ਹੈ। ਜਿੰਨੇ ਵੀ ਧਾਰਮਿਕ ਗ੍ਰੰਥ ਪੜ੍ਹ ਕੇ ਦੇਖ ਲਈਏ ਉਹਨਾਂ ਦੇ ਵਿੱਚ ਗੁਰੂ ਦੀ ਮਹਿਮਾ ਲਿਖੀ ਹੋਈ ਹੈ ਗੁਰੂ ਦੀ ਵਡਿਆਈ ਲਿਖੀ ਹੋਈ ਹੈ। ਕੁੰਭੇ ਬੰਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੰਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਮਹਾਂਪੁਰਸ਼ ਆਪਣੀ ਗੁਰਬਾਣੀ ਦੇ ਵਿੱਚ ਉਸ ਗੁਰੂ ਦੀ ਗੱਲ ਕਰਦੇ ਨੇ ਜੋ ਸਾਨੂੰ ਪਰਮੇਸ਼ਰ ਪਰਮਾਤਮਾ ਦੇ ਨਾਲ ਜੋੜਦੇ ਨੇ। ਸਤਿਗੁਰੂ ਜੀ ਸਮਝਾ ਰਹੇ ਨੇ ਕਿ ਜੇਕਰ ਸੌ ਚੰਦਰਮਾ ਚੜ ਜਾਵੇ ਉਸਦਾ ਪ੍ਰਕਾਸ਼ ਸੂਰਜ ਚੜੇ ਹਜ਼ਾਰ ਕਿ ਹਜ਼ਾਰਾਂ ਹੀ ਸੂਰਜ ਚੜ ਜਾਣ ਦਾ ਪ੍ਰਕਾਸ਼ ਹੋ ਜਾਵੇ ਗੁਰ ਬਿਨ ਘੋਰ ਅੰਧਾਰ। ਪਰ ਗੁਰੂ ਤੋਂ ਬਿਨਾਂ ਇਸ ਜੀਵ ਦੇ ਅੰਦਰ ਹਨੇਰਾ ਹੈ ਤੇ ਉਸ ਹਨੇਰੇ ਨੂੰ ਕੌਣ ਦੂਰ ਕਰਦਾ ਹੈ? ਉਹ ਗੁਰੂ, ਕਿਉਂਕਿ ਗੁਰੂ ਦਾ ਜਿਹੋ ਜਿਹਾ ਪ੍ਰਕਾਸ਼ ਹੈ ਜਿਸ ਜੀਵ ਦੇ ਅੰਦਰ ਉਹ ਵਸ ਜਾਂਦਾ ਹੈ ਤੇ ਫਿਰ ਇਸ ਜੀਵ ਦੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਪ੍ਰਕਾਸ਼ ਕੌਣ ਕਰਵਾਉਂਦਾ ਹੈ? ਗੁਰੂ। ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ ਗੁਰੂ ਵਾਲੇ ਬਣਦੇ ਹਾਂ ਉਹਨਾਂ ਤੋਂ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰਦੇ ਹਾਂ ਤੇ ਫਿਰ ਸਤਿਗੁਰ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਨਾਮ ਤੇਰੇ ਕੀ ਜੋਤ ਲਗਾਈ ਪਇਓ ਜਿਆਰੋ ਭਵਨ ਸੰਗਲਾਰੇ। ਜਦੋਂ ਇਹ ਜੀਵ ਆਪਣੇ ਹਿਰਦੇ ਦੇ ਅੰਦਰ ਗੁਰੂ ਦੇ ਦੱਸੇ ਹੋਏ ਉਸ ਮਾਰਗ ਭਾਵ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਜੋਤ ਜਗਾਉਂਦਾ ਹੈ ਭਾਵ ਜਦੋਂ ਇਹ ਜੀਵ ਪਰਮਾਤਮਾ ਦਾ ਨਾਮ ਜਪਦਾ ਹੈ ਪ੍ਰਭੂ ਦੇ ਨਾਮ ਦੀ ਬੰਦਗੀ ਕਰਦਾ ਹੈ ਤਾਂ ਫਿਰ ਇਸ ਜੀਵ ਦੇ ਅੰਦਰ ਉਹ ਜਿਹੜਾ ਨਾਮ ਰੂਪੀ ਹੈ ਪ੍ਰਕਾਸ਼ ਹੋ ਜਾਂਦਾ ਹੈ ਕਿਉਂਕਿ ਇਹ ਜੀਵ ਨਾਮ ਦੇ ਜ਼ਰੀਆ ਹੀ ਉਸ ਪਰਮੇਸ਼ਰ ਪਰਮਾਤਮਾ ਨੂੰ ਮਿਲ ਸਕਦਾ ਹੈ।
ਅਸੀਂ ਪਰਮਾਤਮਾ ਦੀ ਬੰਦਗੀ ਕਰਕੇ ਸਿਮਰਨ ਕਰਕੇ ਉਸ ਮਾਲਕ ਨੂੰ ਮਿਲ ਸਕਦੇ ਹਾਂ। ਇਹ ਜਿਹੜਾ ਸਾਨੂੰ ਜੀਵਨ ਉਸ ਮਾਲਕ ਨੇ ਬਖਸ਼ਿਸ਼ ਕੀਤਾ ਹੈ, ਪ੍ਰਭੂ ਪਰਮੇਸ਼ਰ ਪਰਮਾਤਮਾ ਨੇ, ਇਸ ਮਨੁੱਖੇ ਜੀਵਨ ਨੂੰ ਅਸੀਂ ਕਿਸ ਤਰ੍ਹਾਂ ਸਫਲ ਕਰ ਸਕਦੇ ਹਾਂ। ਇਹ ਸਫਲ ਕਦੋਂ ਹੋਣਾ ਹੈ? ਜਦੋਂ ਕੋਈ ਸਾਨੂੰ ਪੂਰਨ ਮਹਾਤਮਾ ਪੂਰਨ ਗੁਰੂ ਮਿਲ ਜਾਵੇਗਾ। ਗੁਰੂ ਤੋਂ ਬਿਨਾਂ ਇਹ ਜਿਹੜਾ ਸਾਡਾ ਜੀਵਨ ਹੈ ਸਫਲ ਨਹੀਂ ਹੋਣਾ ਭਾਈ। ਜਿਵੇਂ ਇੱਕ ਬੇੜੀ ਬੇੜੀ ਨੂੰ ਮਲਾਹ ਹੀ ਪਾਰ ਕਰ ਸਕਦਾ ਹੈ, ਮਲਾਹ ਹੀ ਉਸ ਬੇੜੀ ਨੂੰ ਨਦੀ ਦੇ ਦੂਸਰੇ ਕਿਨਾਰੇ ਲਗਾ ਸਕਦਾ ਹੈ, ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਜਿਹੜੇ ਮਲਾਹ ਨੇ, ਰੂਹ ਦੇ ਮਲਾਹ ਨੇ, ਉਹ ਪੂਰਨ ਸਾਧੂ ਮਹਾਤਮਾ ਨੇ। ਜਿਹੜੀ ਰੂਹ ਉਸ ਪਰਮੇਸ਼ਰ ਪਰਮਾਤਮਾ ਤੋਂ ਵਿਛੜੀ ਹੋਈ ਹੈ, ਉਸਦਾ ਮਿਲਾਪ ਪਰਮੇਸ਼ਰ ਪਰਮਾਤਮਾ ਦੇ ਨਾਲ ਪੂਰਨ ਗੁਰੂ ਮਹਾਤਮਾ ਹੀ ਕਰਵਾ ਸਕਦੇ ਨੇ, ਪੂਰਨ ਸਾਧੂ ਮਹਾਤਮਾ। ਕਿਉਂਕਿ ਅਸੀਂ ਉਸ ਪਰਮੇਸ਼ਰ ਪਰਮਾਤਮਾ ਤੋਂ ਜਨਮਾਂ ਜਨਮਾਂ ਦੇ ਵਿਛੜੇ ਹੋਏ ਹਾਂ। ਮੇਰੇ ਸਾਹਿਬ ਸਤਿਗੁਰ ਰਵਿਦਾਸ ਮਹਾਰਾਜ ਜੀ ਇੱਕ ਜਨਮ ਦੀ ਗੱਲ ਨਹੀਂ ਕਰ ਰਹੇ, ਦੋ ਜਨਮਾਂ ਦੀ ਗੱਲ ਨਹੀਂ ਕਰ ਰਹੇ, ਬਹੁਤ ਜਨਮ ਵਿਛੜੇ ਥੇ ਮਾਧੋ। ਪਤਾ ਨਹੀਂ ਅਸੀਂ ਕਿੰਨੇ ਜਨਮਾਂ ਦੇ ਉਸ ਪਰਮੇਸ਼ਰ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਹਰ ਇੱਕ ਜੂਰ ਨੂੰ ਅਸੀਂ ਭੋਗਦੇ ਹੋਏ ਫਿਰ ਇਸ ਮਨੁੱਖੇ ਜੀਵਨ ਦੇ ਵਿੱਚ ਆਏ ਹਾਂ, ਫਿਰ ਸਾਨੂੰ ਇਹ ਮਨੁੱਖਾ ਜੀਵਨ ਮਿਲਿਆ ਹੈ। ਕਿਉਂਕਿ 84 ਲੱਖ ਜੂਨ ਦੱਸੀ ਹੈ ਮਹਾਂਪੁਰਸ਼ਾਂ ਨੇ, ਜੋ ਕਦੇ ਵੀ ਖਤਮ ਨਹੀਂ ਹੁੰਦੀ। ਇੱਕ ਇੱਕ ਜੂਨ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਸਮਾਂ ਬਤੀਤ ਕਰਨਾ ਪੈਂਦਾ ਹੈ। ਕਈ ਜੂਨਾਂ ਇਹੋ ਜਿਹੀਆਂ ਨੇ ਜਿਨ੍ਹਾਂ ਦਾ ਬਹੁਤ ਲੰਬਾ ਸਮਾਂ ਦੱਸਿਆ ਹੈ ਮਹਾਂਪੁਰਸ਼ਾਂ ਨੇ, ਕਿ ਉਹਨਾਂ ਨੂੰ ਬਹੁਤ ਲੰਬੇ ਸਮੇਂ ਤੱਕ ਇੱਕੋ ਜੂਨ ਦੇ ਵਿੱਚ ਹੀ ਰਹਿਣਾ ਪੈਂਦਾ ਹੈ। 42 ਲੱਖ ਜੂਨ ਜਲ ਦੇ ਵਿੱਚ ਦੱਸੀ ਹੈ ਤੇ 42 ਲੱਖ ਜੂਨ ਇਸ ਧਰਤੀ ਤੇ ਦੱਸੀ ਹੈ। ਇੱਕ ਹੀ ਜੂਨ ਜੇਕਰ ਅਸੀਂ ਦੇਖ ਲਈਏ ਤਾਂ ਮਨੁੱਖੇ ਜੀਵਨ ਦੀ ਸਾਨੂੰ ਜੋ ਜੂਨ ਮਿਲੀ ਹੈ ਇਸ ਨੂੰ ਖਤਮ ਹੋਣ ਲਈ ਕਿੰਨਾ ਸਮਾਂ ਲੱਗਦਾ ਹੈ? ਕਿਸੇ ਦੇ 80 ਸਾਲ ਲੱਗਦੇ ਹੈ, ਕਿਸੇ ਦੇ 90, ਕਿਸੇ ਦੇ 100, ਤੇ 84 ਲੱਖ ਜੂਨ ਕਦੋਂ ਪੂਰੀ ਹੋਵੇਗੀ? ਉਹ ਨਹੀਂ ਮੁੱਕਦੀ। ਜੇਕਰ ਭਾਈ 84 ਲੱਖ ਜੂਨ ਤੋਂ ਬਚਣਾ ਹੈ, ਜਨਮ ਮਰਨ ਦੇ ਗੇੜ ਤੋਂ ਬਚਣਾ ਹੈ, ਤਾਂ ਸਾਨੂੰ ਪੂਰਨ ਸਾਧੂ ਮਹਾਤਮਾ ਹੀ ਬਚਾ ਸਕਦੇ ਨੇ। ਕਿਉਂਕਿ ਸਾਧੂ ਮਹਾਤਮਾ ਸਾਨੂੰ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਕਰਦੇ ਨੇ। ਜਿਵੇਂ ਅੱਜ ਬੁੱਧਵਾਰ ਦਾ ਦਿਨ ਹੈ ਤੇ ਸਤਿਗੁਰ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਅੱਜ ਦੇ ਦਿਨ ਸੰਗਤਾਂ ਤੇ ਕਿਰਪਾ ਕਰਦੇ ਨੇ, ਸੰਗਤਾਂ ਨੂੰ ਪਰਮੇਸ਼ਰ ਉਹ ਪਰਮਾਤਮਾ ਦੇ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਅੱਜ ਕਈ ਜੀਵ ਸਤਿਗੁਰਾਂ ਦੇ ਪਾਸੋਂ ਪਰਮੇਸ਼ਰ ਉਹ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਆਏ ਨੇ। ਉਹ ਬਹੁਤ ਹੀ ਵਡਭਾਗੀ ਜੀਵ ਹੁੰਦੇ ਨੇ ਜਿਨ੍ਹਾਂ ਨੂੰ ਪੂਰਨ ਗੁਰੂ ਦੇ ਪਾਸੋਂ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਮਿਲਦੀ ਹੈ।
ਜਦੋਂ ਗੁਰੂ ਸਾਨੂੰ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਕਰਦੇ ਨੇ ਉਹ ਇਹ ਸਮਝਾਉਂਦੇ ਨੇ ਕਿ ਭਾਈ ਤੈਨੂੰ ਅਸੀਂ ਪਰਮੇਸ਼ਰ ਪਰਮਾਤਮਾ ਦਾ ਨਾਮ ਬਖਸ਼ਿਸ਼ ਕੀਤਾ ਹੈ ਤੇ ਹੁਣ ਇਸ ਦੀ ਬੰਦਗੀ ਕਰਨੀ ਹੈ, ਸਿਮਰਨ ਕਰਨਾ ਹੈ ਤੇ ਆਪਣੇ 84 ਦੇ ਚੱਕਰ ਨੂੰ ਜਨਮ ਮਰਨ ਦੇ ਗੇੜ ਨੂੰ ਕਿਸ ਤਰ੍ਹਾਂ ਖਤਮ ਕਰਨਾ ਹੈ ਉਹ ਹੁਣ ਤੂੰ ਆਪ ਦੇਖਣਾ ਹੈ। ਕਿਉਂਕਿ ਜਦੋਂ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ, ਸਕੂਲੇ ਪੜ੍ਹਦਾ ਹੈ, ਸਕੂਲ ਦੇ ਵਿੱਚ ਜੋ ਵੀ ਉਸਨੂੰ ਲੈਸਨ ਪੜ੍ਹਾਇਆ ਜਾਂਦਾ ਹੈ ਤੇ ਫਿਰ ਉਹ ਟੀਚਰ ਉਸ ਬੱਚੇ ਨੂੰ ਘਰ ਦੇ ਵਾਸਤੇ ਵੀ ਲੈਸਨ ਦਿੰਦੇ ਨੇ ਕਿ ਭਾਈ ਇਹ ਜਿਹੜਾ ਲੈਸਨ ਹੈ ਇਸ ਨੂੰ ਯਾਦ ਕਰਨਾ ਹੈ। ਜਦੋਂ ਬੱਚਾ ਘਰ ਦੇ ਵਿੱਚ ਆ ਕੇ ਉਸ ਦੱਸੇ ਹੋਏ ਲੈਸਨ ਦੀ ਤਿਆਰੀ ਕਰਦਾ ਹੈ, ਮਿਹਨਤ ਕਰਦਾ ਹੈ ਤਾਂ ਫਿਰ ਕਲਾਸ ਦੇ ਵਿੱਚੋਂ ਵੀ ਪਾਸ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਧੂ ਮਹਾਤਮਾ ਸਾਨੂੰ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਕਰ ਦਿੰਦੇ ਨੇ ਕਿ ਭਾਈ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਣਾ ਹੈ। ਗੁਰੂ ਨੇ ਤਾਂ ਸਾਡੀ ਝੋਲੀ ਦੇ ਵਿੱਚ ਉਹ ਪਰਮੇਸ਼ਰ ਉਹ ਪਰਮਾਤਮਾ ਦਾ ਨਾਮ ਪਾ ਦਿੱਤਾ ਹੈ, ਹੁਣ ਉਸਦੀ ਮਿਹਨਤ ਉਸਦੀ ਕਮਾਈ ਤੇ ਅਸੀਂ ਕਰਨੀ ਹੈ, ਸਾਨੂੰ ਕਰਨੀ ਪਵੇਗੀ। ਜੇਕਰ ਅਸੀਂ ਵੀ ਗੁਰੂ ਦੇ ਦੱਸੇ ਹੋਏ ਸ਼ਬਦ ਦੀ ਨਾਮ ਦੀ ਕਮਾਈ ਕਰਾਂਗੇ, ਬੰਦਗੀ ਕਰਾਂਗੇ, ਸਿਮਰਨ ਕਰਾਂਗੇ ਤੇ ਅਸੀਂ ਵੀ ਜਨਮ ਮਰਨ ਦੇ ਗੇੜ ਨੂੰ ਖਤਮ ਕਰ ਦੇਵਾਂਗੇ, 84 ਦੇ ਚੱਕਰ ਨੂੰ ਖਤਮ ਕਰ ਦੇਵਾਂਗੇ। ਪਰ ਉਸ ਲਈ ਸਾਨੂੰ ਮਿਹਨਤ ਕਰਨੀ ਪਵੇਗੀ, ਭਾਵ ਪਰਮੇਸ਼ਵਰ ਪਰਮਾਤਮਾ ਦੀ ਬੰਦਗੀ ਕਰਨੀ ਪਵੇਗੀ। ਬੰਦਗੀ ਦੇ ਜ਼ਰੀਆ ਹੀ ਅਸੀਂ ਉਸ ਜਨਮ ਮਰਨ ਦੇ ਗੇੜ ਨੂੰ ਖਤਮ ਕਰ ਸਕਦੇ ਹਾਂ। ਇੱਕ ਇਹ ਸੁਨਹਿਰੀ ਮੌਕਾ ਸਾਨੂੰ ਪਰਮੇਸ਼ਵਰ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ ਭਾਈ ਕਿ ਮਨੁੱਖਾ ਜੀਵਨ ਤੈਨੂੰ ਬਖਸ਼ਿਸ਼ ਕੀਤਾ ਹੈ, ਇਸ ਦੇ ਵਿੱਚ ਤੂੰ ਆਪਣੇ ਜਨਮ ਮਰਨ ਦੇ ਗੇੜ ਨੂੰ 84 ਦੇ ਚੱਕਰ ਨੂੰ ਖਤਮ ਕਰ ਸਕਦਾ ਹੈ। ਇਹ ਫਿਰ ਪਤਾ ਨਹੀਂ ਮਨੁੱਖਾ ਜੀਵਨ ਕਦੋਂ ਮਿਲਣਾ ਹੈ, ਕਿਉਂਕਿ ਜਿਹੜਾ ਮਨੁੱਖਾ ਜੀਵਨ ਹੈ ਬੜਾ ਮੁਸ਼ਕਲ ਦੇ ਨਾਲ ਮਿਲਦਾ ਹੈ। ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰ ਜਿਉਂ ਬਲ ਬਲ ਪਾ ਕੇ ਪੋਏ ਗਿਰੇ ਬਹੁਤ ਨਾ ਲਾਗੇ ਡਾਰ। ਕਿ ਭਾਈ ਜਿਹੜਾ ਪਰਮੇਸ਼ਵਰ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਸੁੱਖ ਹੈ ਉਹ ਸੰਸਾਰ ਦੀ ਧਨ ਦੌਲਤ ਦੇ ਵਿੱਚ ਧੀਆਂ ਪੁੱਤਰਾਂ ਦੇ ਵਿੱਚ ਕਿਤੇ ਵੀ ਸੁੱਖ ਨਹੀਂ ਜਿਹੜਾ ਪਰਮੇਸ਼ਵਰ ਪਰਮਾਤਮਾ ਦੇ ਨਾਮ ਦੇ ਵਿੱਚ। ਕਿੱਡੇ ਕਿੱਡੇ ਰਾਜੇ ਮਹਾਰਾਜੇ ਸੰਸਾਰ ਦੇ ਵਿੱਚ ਆਏ ਜਿਨ੍ਹਾਂ ਦੇ ਕੋਲ ਕੋਈ ਵੀ ਧਨ ਦੌਲਤ ਦਾ ਅੰਤ ਨਹੀਂ ਸੀ, ਪਰ ਨਾਮ ਤੋਂ ਬਿਨਾਂ ਉਹ ਵੀ ਇਸ ਸੰਸਾਰ ਤੋਂ ਰੋਂਦੇ ਗਏ। ਰਾਜੇ ਮਹਾਰਾਜੇ ਵੀ ਉਸ ਪ੍ਰਭੂ ਪਰਮੇਸ਼ਵਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਸ ਸੰਸਾਰ ਤੋਂ ਰੋਂਦੇ ਗਏ ਨੇ, ਕਿਉਂਕਿ ਉਹਨਾਂ ਦੇ ਅੰਦਰ ਉਹ ਪਰਮੇਸ਼ਵਰ ਉਹ ਪਰਮਾਤਮਾ ਦਾ ਨਾਮ ਨਹੀਂ। ਇਸ ਸੰਸਾਰ ਦੀ ਧਨ ਦੌਲਤ ਦੇ ਵਿੱਚ ਉਹ ਸੁੱਖ ਨਹੀਂ ਜਿਹੜਾ ਪਰਮੇਸ਼ਵਰ ਪਰਮਾਤਮਾ ਦੇ ਨਾਮ ਦੇ ਵਿੱਚ ਸੁੱਖ ਹੈ। ਇੱਕ ਵਾਰ ਉਹ ਪਰਮੇਸ਼ਵਰ ਉਹ ਪਰਮਾਤਮਾ ਦਾ ਨਾਮ ਜਪ ਕੇ ਦੇਖੋ, ਅੰਦਰੋਂ ਉਸ ਮਾਲਕ ਦੇ ਨਾਲ ਜੁੜ ਕੇ ਦੇਖੋ, ਫਿਰ ਇਹੋ ਜਿਹਾ ਸੁੱਖ ਇਹੋ ਜਿਹਾ ਆਨੰਦ ਪ੍ਰਾਪਤ ਹੋਵੇਗਾ ਕਿ ਸੰਸਾਰ ਨੂੰ ਭੁੱਲ ਜਾਵੋਗੇ। ਪਰ ਉਸ ਲਈ ਬਹੁਤ ਕਠਿਨ ਮਿਹਨਤ ਕਰਨੀ ਪੈਂਦੀ ਹੈ, ਮਾਲਕ ਲਈ ਸਮਾਂ ਕੱਢਣਾ ਪੈਂਦਾ ਹੈ, ਮਾਲਕ ਦੀ ਬੰਦਗੀ ਵਾਸਤੇ, ਤੇ ਮਾਲਕ ਦੀ ਬੰਦਗੀ ਕਰਕੇ ਹੀ ਅਸੀਂ ਉਸ ਮਾਲਕ ਨੂੰ ਮਿਲ ਸਕਦੇ ਹਾਂ।
ਜਿਵੇਂ ਮੇਰੇ ਸਾਹਿਬ ਸਤਿਗੁਰ ਰਵਿਦਾਸ ਮਹਾਰਾਜ ਜੀ ਉਹਨਾਂ ਨੇ ਪਰਮੇਸ਼ਵਰ ਪਰਮਾਤਮਾ ਦੀ ਬੰਦਗੀ ਕੀਤੀ ਤੇ ਪਰਮੇਸ਼ਵਰ ਪਰਮਾਤਮਾ ਦੇ ਵਿੱਚ ਹੀ ਅਭੇਦ ਹੋ ਗਏ। ਸਤਿਗੁਰ ਰਵਿਦਾਸ ਮਹਾਰਾਜ ਜੀ ਤੇ ਖੁਦ ਪਰਮੇਸ਼ਵਰ ਖੁਦ ਪਰਮਾਤਮਾ ਸਨ, ਪਰ ਉਹਨਾਂ ਨੇ ਫਿਰ ਵੀ ਇਸ ਸੰਸਾਰ ਦੇ ਵਿੱਚ ਆ ਕੇ ਮਾਲਕ ਦੀ ਬੰਦਗੀ ਕੀਤੀ ਹੈ। ਉਹ ਸੰਸਾਰੀ ਜੀਵਾਂ ਨੂੰ ਸਮਝਾਉਣ ਵਾਸਤੇ ਕਿ ਭਾਈ ਤੁਸੀਂ ਵੀ ਮਾਲਕ ਦੀ ਬੰਦਗੀ ਕਰਕੇ ਸਿਮਰਨ ਕਰਕੇ ਉਸ ਮਾਲਕ ਨੂੰ ਮਿਲ ਸਕਦੇ ਹੋ। ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਇਹੋ ਜਿਹੀ ਮਾਲਕ ਦੀ ਬੰਦਗੀ ਕੀਤੀ ਕਿ ਮਾਲਕ ਦੇ ਵਿੱਚ ਹੀ ਅਭੇਦ ਹੋ ਗਏ। ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕੈਸਾ। ਉਹ ਪਰਮੇਸ਼ਵਰ ਪਰਮਾਤਮਾ ਨੂੰ ਕਹਿ ਰਹੇ ਨੇ ਕਿ ਇਹ ਪਰਮਾਤਮਾ ਤੇਰੇ ਤੇ ਮੇਰੇ ਵਿੱਚ ਕੀ ਅੰਤਰ ਹੈ? ਕੋਈ ਅੰਤਰ ਨਹੀਂ, ਅਸੀਂ ਵੀ ਆਪ ਦਾ ਨਾਮ ਜਪ ਕੇ ਆਪ ਹੀ ਦਾ ਹੀ ਰੂਪ ਹੋ ਗਏ ਹਾਂ। ਪਰਮੇਸ਼ਵਰ ਪਰਮਾਤਮਾ ਨੇ ਇਨਸਾਨ ਦੇ ਅੰਦਰ ਵੀ ਇਹੋ ਜਿਹੀ ਤਾਕਤ ਰੱਖ ਕੇ ਜੀਵ ਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ ਕਿ ਭਾਈ ਜੇਕਰ ਤੂੰ ਉਸ ਤਾਕਤ ਨੂੰ ਵਰਤ ਕੇ ਉਸ ਪਰਮੇਸ਼ਵਰ ਪਰਮਾਤਮਾ ਨੂੰ ਮਿਲ ਸਕਦਾ ਹੈ। ਮਾਲਕ ਨੇ ਇਸ ਜੀਵ ਨੂੰ ਸੋਚੀ ਵੀ ਬਖਸ਼ੀ ਹੈ ਕਿ ਭਾਈ ਤੂੰ ਮਾਲਕ ਨੂੰ ਕਿਸ ਤਰ੍ਹਾਂ ਮਿਲ ਸਕਦਾ ਹੈ, ਕਿਸ ਤਰ੍ਹਾਂ ਉਹ ਤੈਨੂੰ ਮਾਲਕ ਮਿਲਣਾ ਹੈ। ਜੇਕਰ ਹੋਰ ਜੋੜਾਂ ਦੇ ਵਿੱਚ ਦੇਖ ਲਈਏ ਇਹੋ ਜਿਹੀ ਸੋਝੀ, ਉਸ ਮਾਲਕ ਨੇ ਉਹਨਾਂ ਨੂੰ ਨਹੀਂ ਬਖਸ਼ਿਸ਼ ਕੀਤੀ ਕਿ ਭਾਈ ਤੂੰ ਉਸ ਮਾਲਕ ਨੂੰ ਮਿਲ ਸਕਦਾ ਹੈ। ਜੇਕਰ ਸੋਝੀ ਬਖਸ਼ਿਸ਼ ਕੀਤੀ ਹੈ ਤਾਂ ਇਸ ਮਨੁੱਖੇ ਜੀਵਨ ਨੂੰ ਕਿ ਭਾਈ ਤੂੰ ਉਸ ਪਰਮੇਸ਼ਵਰ ਪਰਮਾਤਮਾ ਨੂੰ ਮਿਲ ਸਕਦਾ ਹੈ। ਉਹ ਪਰਮੇਸ਼ਵਰ ਉਹ ਪਰਮਾਤਮਾ ਖੁਦ ਸਾਡੇ ਅੰਦਰ ਬੈਠਾ ਹੈ, ਪਰ ਸਾਨੂੰ ਉਸਦੀ ਕੋਈ ਖਬਰ ਨਹੀਂ। ਅਸੀਂ ਉਸ ਮਾਲਕ ਨੂੰ ਬਾਹਰ ਪਾਲਦੇ ਹਾਂ। ਮਾਲਕ ਜਦੋਂ ਵੀ ਮਿਲਣਾ ਹੈ ਅੰਦਰੋਂ ਮਿਲਣਾ ਹੈ ਭਾਈ। ਉਹ ਪਰਮੇਸ਼ਵਰ ਉਹ ਪਰਮਾਤਮਾ ਸਾਡੇ ਅੰਦਰ ਬੈਠਾ ਹੈ, ਜਿਸਨੇ ਸਾਨੂੰ ਇਹ ਸਰੀਰ ਬਖਸ਼ਿਸ਼ ਕੀਤਾ। ਇਸ ਸਰੀਰ ਦੇ ਅੰਦਰ ਉਹ ਮਾਲਕ ਆਪ ਖੁਦ ਬੈਠਾ ਹੈ। ਕਿਹੋ ਜਿਹਾ ਮਾਲਕ ਹੈ ਜੋ ਹਰ ਇੱਕ ਜੀਵ ਦੇ ਅੰਦਰ ਹੈ, ਕਣ ਕਣ ਦੇ ਵਿੱਚ ਹੈ। ਉਹ ਪਰਮੇਸ਼ਵਰ ਉਹ ਪਰਮਾਤਮਾ ਉਸਦੀ ਸਾਰੀ ਸ੍ਰਿਸ਼ਟੀ ਰਚੀ ਹੋਈ ਹੈ, ਪਰ ਉਸ ਮਾਲਕ ਦੀ ਅਸੀਂ ਕਿਸ ਤਰ੍ਹਾਂ ਖੋਜ ਕਰ ਸਕਦੇ ਹਾਂ? ਗੁਰੂ ਵਾਲੇ ਬਣ ਕੇ ਭਾਈ ਉਸ ਮਾਲਕ ਨੂੰ ਮਿਲ ਸਕਦੇ। ਅੰਦਰੋਂ ਮਾਲਕ ਦੀ ਖੋਜ ਗੁਰੂ ਤੋਂ ਬਿਨਾਂ ਨਹੀਂ ਕਰ ਸਕਦੇ। ਗੁਰੂ ਦੇ ਦੱਸੇ ਹੋਏ ਗੁਰਮੰਤਰ ਦੀ ਕਮਾਈ ਕਰਕੇ ਅਸੀਂ ਅੰਦਰੋਂ ਮਾਲਕ ਨੂੰ ਮਿਲ ਸਕਦੇ ਹਾਂ। ਜਿਹੜੇ ਕਠਿਨ ਕਮਾਈ ਕਰਦੇ ਨੇ ਉਸ ਮਾਲਕ ਦੀ ਪ੍ਰਾਪਤੀ ਆਪਣੇ ਅੰਦਰੋਂ ਕਰ ਲੈਂਦੇ ਨੇ। ਇਸ ਕਰਕੇ ਭਾਈ ਮਾਲਕ ਨੇ ਸਾਨੂੰ ਇਹੋ ਜਿਹੀ ਸੋਝੀ ਵੀ ਬਖਸ਼ ਕੀਤੀ, ਇਹੋ ਜਿਹੀ ਤਾਕਤ ਵੀ ਬਖਸ਼ ਕੀਤੀ ਹੈ ਕਿ ਅਸੀਂ ਉਸ ਮਾਲਕ ਨੂੰ ਮਿਲਣ ਲਈ ਯਤਨ ਕਰੀਏ ਤਾਂ ਉਸ ਮਾਲਕ ਨੂੰ ਮਿਲ ਸਕਦੇ ਹਾਂ। ਭਾਈ ਇਹੀ ਸਮਾਂ ਹੈ, ਇਸ ਤੋਂ ਵੱਡਾ ਕਿਤੇ ਵੀ ਸਮਾਂ ਸਾਨੂੰ ਪ੍ਰਾਪਤ ਨਹੀਂ ਹੋਣਾ। ਇਹ ਮਨੁੱਖੀ ਜੀਵਨ ਦੇ ਵਿੱਚ ਹੀ ਅਸੀਂ ਉਸ ਮਾਲਕ ਨੂੰ ਮਿਲ ਸਕਦੇ ਹਾਂ, ਜਨਮ ਮਰਨ ਦੇ ਗੇੜ ਨੂੰ ਖਤਮ ਕਰ ਸਕਦੇ ਹਾਂ। ਇਸ ਦੁਨੀਆਂ ਦੇ ਵਿੱਚੋਂ ਕੁਝ ਵੀ ਨਾਲ ਨਹੀਂ ਜਾਣਾ। ਜੇਕਰ ਜਾਣਾ ਹੈ ਤਾਂ ਪਰਮੇਸ਼ਵਰ ਉਹ ਪਰਮਾਤਮਾ ਦਾ ਨਾਮ, ਪ੍ਰਭੂ ਦਾ ਨਾਮ, ਨਾਮ ਤੋਂ ਬਿਨਾਂ ਕੋਈ ਨਹੀਂ ਜਾਣਾ। ਜਿਵੇਂ ਇੱਕ ਕਾਲੂ ਬਾਦਸ਼ਾਹ ਹੋਇਆ ਹੈ ਜਿਸਨੇ ਪੂਰੇ ਭਾਰਤ ਤੇ ਰਾਜ ਕੀਤਾ ਤੇ ਉਹਨੇ ਹਰ ਇੱਕ ਜ਼ਿਲ੍ਹੇ ਤੇ ਆਪਣਾ ਰਾਜ ਕਾਇਮ ਕੀਤਾ, ਹਮਲੇ ਕਰਵਾ ਕੇ ਉੱਥੇ ਦੀ ਤਾਨ ਦੌਲਤ ਸਾਰੀ ਲੁੱਟੀ ਤੇ ਆਪਣਾ ਰਾਜ ਵੀ ਉਸ ਸ਼ਹਿਰ ਤੇ ਹੀ ਕੀਤਾ। ਪਤਾ ਨਹੀਂ ਕਿੰਨੇ ਸ਼ਹਿਰਾਂ ਤੇ ਉਹਨੇ ਆਪਣਾ ਰਾਜ ਧੱਕੇ ਦੇ ਨਾਲ ਕੀਤਾ।
ਲੜਾਈ ਝਗੜਾ ਜ਼ੁਲਮ ਕਰਕੇ ਤੇ ਦੁਨੀਆਂ ਦੀ ਤਾਂ ਦੌਲਤ ਵੀ ਇਕੱਠੀ ਕੀਤੀ, ਪਰ ਜਦੋਂ ਉਸਦਾ ਅੰਤ ਸਮਾਂ ਆਇਆ ਤੇ ਉਸਨੇ ਚਾਰੇ ਪਾਸੇ ਨਿਗਾਹ ਮਾਰ ਕੇ ਦੇਖੀ ਕਿ ਭਾਈ ਮੈਂ ਸੰਸਾਰ ਤੋਂ ਜਾ ਰਿਹਾ ਹਾਂ ਤੇ ਮੇਰੇ ਨਾਲ ਤੇ ਕੁਝ ਵੀ ਨਹੀਂ ਜਾਣਾ। ਤੇ ਉਸ ਰਾਜੇ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਕਿ ਭਾਈ ਜਿੰਨੀ ਵੀ ਧਨ ਦੌਲਤ ਹੈ ਉਸਨੂੰ ਸਜਾ ਦਿਓ। ਦੱਸਿਆ ਜਾਂਦਾ ਹੈ ਕਿ ਜਦੋਂ ਉਸ ਧਨ ਦੌਲਤ ਨੂੰ ਸਜਾਇਆ ਗਿਆ, ਪਤਾ ਨੀ ਕਿੰਨੇ ਮੀਲਾਂ ਤੱਕ ਉਹ ਧਨ ਦੌਲਤ ਸਜਾਈ ਗਈ ਤੇ ਰਾਜੇ ਦਾ ਅੰਤ ਸਮਾਂ ਸੀ ਤੇ ਰਾਜਾ ਆਪਣੇ ਰੱਥ ਦੇ ਵਿੱਚ ਬੈਠ ਕੇ ਜਿੰਨੀ ਧਨ ਦੌਲਤ ਸਜਾਈ ਹੋਈ ਸੀ ਜਿੰਨੇ ਕਿਲੋਮੀਟਰਾਂ ਤੱਕ ਉਸਦਾ ਸਾਰੇ ਦਾ ਭਰਮ ਕੀਤਾ, ਸਾਰੀ ਮਾਇਆ ਦੇ ਵਿੱਚ ਹੀ ਗੁਜ਼ਰਿਆ ਤੇ ਅੰਤ ਦੇ ਵਿੱਚ ਰਾਜਾ ਉਸ ਧਨ ਦੌਲਤ ਨੂੰ ਦੇਖ ਕੇ ਪਰਜਾ ਦੇ ਵਿੱਚ ਹੀ ਰੋਣ ਲੱਗ ਪਿਆ ਬੈਠ ਕੇ। ਕਹਿੰਦਾ ਅਫਸੋਸ ਕਿ ਮੈਂ ਇਸ ਧਨ ਦੌਲਤ ਲਈ ਪਤਾ ਨੀ ਕਿੰਨੇ ਜ਼ੁਲਮ ਕੀਤੇ ਨੇ, ਕਿੰਨੀਆਂ ਮਾਵਾਂ ਦੇ ਪੁੱਤਰ ਖੋਏ ਨੇ, ਕਿੰਨੀਆਂ ਭੈਣਾਂ ਨੂੰ ਵਿਧਵਾ ਕੀਤਾ ਹੈ ਤੇ ਕਿੰਨੀਆਂ ਮਾਵਾਂ ਨੂੰ ਯਤੀਮ ਕੀਤਾ ਹੈ, ਉਹਨਾਂ ਦੇ ਪੁੱਤਰ ਮਾਰੇ ਨੇ ਸਿਰਫ ਇਸ ਧਨ ਦੌਲਤ ਦੀ ਖਾਤਰ। ਪਤਾ ਨੀ ਕਿੰਨੇ ਜ਼ੁਲਮ ਕੀਤੇ ਨੇ, ਕਿੰਨੇ ਲੋਕਾਂ ਨੂੰ ਮਾਰਿਆ ਇਸ ਧਨ ਦੌਲਤ ਦੀ ਖਾਤਰ, ਇਸ ਸੰਸਾਰ ਤੇ ਰਾਜ ਕਰਨ ਵਾਸਤੇ। ਪਰ ਅੱਜ ਅਫਸੋਸ ਹੈ ਕਿ ਜਿਨ੍ਹਾਂ ਲਈ ਮੈਂ ਜ਼ੁਲਮ ਕੀਤਾ ਧਨ ਦੌਲਤ ਇਕੱਠੀ ਕਰਨ ਲਈ ਰਾਜ ਕਰਨ ਵਾਸਤੇ, ਪਰ ਅੱਜ ਮੇਰੇ ਨਾਲ ਨਹੀਂ ਜਾ ਰਹੇ। ਅਫਸੋਸ ਉਹ ਰੋ ਰਿਹਾ ਹੈ ਤੇ ਪਰਜਾ ਨੂੰ ਵੀ ਕੀ ਸੰਦੇਸ਼ ਦੇ ਰਿਹਾ ਹੈ ਕਿ ਭਾਈ ਮੈਂ ਇਸ ਧਨ ਦੌਲਤ ਲਈ ਦਿਨ ਰਾਤ ਜ਼ੁਲਮ ਕੀਤੇ ਨੇ ਇਸ ਸੰਸਾਰ ਦੇ ਉੱਪਰ, ਪਰ ਅੱਜ ਮੈਂ ਖਾਲੀ ਹੱਥੀ ਜਾ ਰਿਹਾ, ਮੇਰੇ ਨਾਲ ਕੁਝ ਵੀ ਨਹੀਂ ਜਾ ਰਿਹਾ। ਜਿਵੇਂ ਸਿਕੰਦਰ ਰਾਜਾ ਉਸਨੇ ਵੀ ਅੰਤ ਵੇਲੇ ਆਪਣੇ ਹੱਥ ਬਾਹਰ ਰੱਖਤੇ ਕਬਰ ਤੋਂ ਕਿ ਭਾਈ ਮੈਂ ਕੁਝ ਵੀ ਨਾਲ ਨਹੀਂ ਜਾ ਲੈ ਕੇ ਜਾ ਰਿਹਾ, ਜੋ ਵੀ ਧਨ ਦੌਲਤ ਹੈ ਉਹ ਇੱਥੇ ਤੱਕ ਹੀ ਸੀਮਤ ਹੈ, ਮੇਰੇ ਨਾਲ ਕੁਝ ਵੀ ਨਹੀਂ ਜਾ ਰਿਹਾ। ਤੇ ਉਹ ਰਾਜਾ ਰੋ ਰਿਹਾ ਹੈ ਤੇ ਪਰਜਾ ਨੂੰ ਸੰਦੇਸ਼ ਇਹੀ ਦੇ ਰਿਹਾ ਹੈ ਕਿ ਭਾਈ ਧਨ ਦੌਲਤ ਕੁਝ ਵੀ ਨਾਲ ਨਹੀਂ ਜਾਣਾ, ਜੇਕਰ ਜਾਣਾ ਹੈ ਤਾਂ ਪਰਮੇਸ਼ਵਰ ਪਰਮਾਤਮਾ ਦਾ ਨਾਮ ਪ੍ਰੇਮ ਪਿਆਰ, ਇਸ ਤੋਂ ਬਿਨਾਂ ਕੁਝ ਨਹੀਂ ਜਾਣਾ। ਇਸ ਕਰਕੇ ਭਾਈ ਇਸ ਸੰਸਾਰ ਦੀ ਜਿੰਨੀ ਵੀ ਮਰਜ਼ੀ ਧਨ ਦੌਲਤ ਇਕੱਠੀ ਕਰ ਲਈਏ, ਵੱਡੇ ਵੱਡੇ ਰਾਜ ਭਾਗ ਪ੍ਰਾਪਤ ਕਰ ਲਈਏ, ਪਰ ਜਿਹੜਾ ਸੁੱਖ ਉਹ ਪਰਮੇਸ਼ਵਰ ਪਰਮਾਤਮਾ ਦੇ ਨਾਮ ਵਿੱਚ ਹੈ, ਮਾਲਕ ਦੀ ਦਰਗਾਹ ਦੇ ਵਿੱਚ ਹੈ, ਉਹ ਸੁੱਖ ਇਸ ਸੰਸਾਰ ਦੇ ਵਿੱਚ ਕਿਤੇ ਵੀ ਨਹੀਂ ਹੈ। ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋ ਨਹੀਂ ਤੈਠਾਓ, ਜਿਹੜਾ ਮਾਲਕ ਦਾ ਦਰਬਾਰ ਹੈ, ਜਿਹੜਾ ਗਮਾਂ ਤੋਂ ਰਹਿਤ ਹੈ, ਜਿੱਥੇ ਕੋਈ ਵੀ ਗਮ ਨਹੀਂ, ਉੱਥੇ ਕੇਵਲ ਤੇ ਕੇਵਲ ਉਹ ਪਰਮੇਸ਼ਵਰ ਪਰਮਾਤਮਾ ਦਾ ਨਾਮ ਜਪਣ ਵਾਲੀਆਂ ਰੂਹਾਂ ਰਹਿੰਦੀਆਂ ਨੇ। ਫਿਰ ਉਸ ਬੇਗਮਪੁਰੇ ਦੇ ਜੇਕਰ ਅਸੀਂ ਵਾਸੀ ਬਣਾਂਗੇ ਤਾਂ ਉਸ ਸੁੱਖ ਨੂੰ ਪ੍ਰਾਪਤ ਕਰ ਲਵਾਂਗੇ। ਭਾਈ ਜੇਕਰ ਸੁੱਖ ਹੈ ਤਾਂ ਉਸ ਪਰਮੇਸ਼ਵਰ ਪਰਮਾਤਮਾ ਦੇ ਨਾਮ ਦੇ ਵਿੱਚ,
ਇਸ ਸੰਸਾਰ ਦੀ ਧਨ ਦੌਲਤ ਦੀਆਂ ਪੁੱਤਰ ਸਾਡੇ ਨਾਲ ਨਹੀਂ ਜਾਣੇ, ਇਹ ਕੁਝ ਪਿਛਲੇ ਸੰਬੰਧ ਨੇ ਜੋ ਸਾਡੇ ਧੀਆਂ ਪੁੱਤਰਾਂ ਦੇ ਨਾਲ ਜੁੜੇ ਹੋਏ ਨੇ, ਇਹ ਪਿਛਲੇ ਕਰਮਾਂ ਕਰਕੇ ਸਾਨੂੰ ਇਹਨਾਂ ਦਾ ਸਾਥ ਮਿਲਿਆ, ਇਸ ਕਰਕੇ ਭਾਈ ਕੁਝ ਵੀ ਸਾਥ ਨਹੀਂ ਜਾਣਾ, ਜੇਕਰ ਜਾਣਾ ਹੈ ਤਾਂ ਉਹ ਪਰਮੇਸ਼ੁਰ ਪਰਮਾਤਮਾ ਦਾ ਨਾਮ। ਧਨ ਦੌਲਤ ਧੀਆਂ ਪੁੱਤਰ ਇਸ ਸੰਸਾਰ ਤੱਕ ਹੀ ਸੀਮਤ ਨੇ, ਪਰ ਜੇਕਰ ਪਰਮੇਸ਼ੁਰ ਪਰਮਾਤਮਾ ਦਾ ਜੋ ਨਾਮ ਹੈ ਉਹ ਇਸ ਸੰਸਾਰ ਦੇ ਵਿੱਚ ਵੀ ਸਾਡੀ ਸਹਾਇਤਾ ਕਰਦਾ ਹੈ ਤੇ ਉਸ ਮਾਲਕ ਦੇ ਦਰਬਾਰ ਦੇ ਵਿੱਚ ਵੀ। ਜਿਵੇਂ ਅਸੀਂ ਦੇਖਦੇ ਹਾਂ ਕਿ ਸੰਸਾਰ ਦੇ ਵਿੱਚ ਲੱਖਾਂ ਹੀ ਦਰਵੇਸ਼ ਘੁੰਮਦੇ ਨੇ, ਜਿਹੜੇ ਦਰਵੇਸ਼ ਘੁੰਮਦੇ ਨੇ, ਜਿਹੜੇ ਵੀ ਦਰ ਤੇ ਜਾਂਦੇ ਨੇ ਉਹਨਾਂ ਦੇ ਮਾਰ ਪੈਂਦੀ ਹੈ। ਕਿਸੇ ਦੇ ਕੋਈ ਡੰਡਾ ਮਾਰਦਾ ਹੈ, ਕਿਸੇ ਦੇ ਕੋਈ ਬੱਟਾ ਮਾਰਦਾ ਹੈ, ਪਰ ਜਿਹੜੇ ਦਰਵੇਸ਼ ਕਿਸੇ ਨੇ ਰੱਖੇ ਹੋਏ ਨੇ ਉਹਨਾਂ ਦੇ ਗਲ ਦੇ ਵਿੱਚ ਬੱਟਾ ਪਾਇਆ ਹੋਇਆ ਹੈ, ਜਦੋਂ ਕਿਸੇ ਵੀ ਦਰ ਤੇ ਜਾਂਦਾ ਹੈ ਤਾਂ ਉਸਦੇ ਮਾਰ ਨਹੀਂ ਪੈਂਦੀ। ਕਿਉਂ ਨਹੀਂ ਪੈਂਦੀ? ਕਿਉਂਕਿ ਮਾਰਨ ਵਾਲਾ ਵੀ ਸੋਚਦਾ ਹੈ ਕਿ ਭਾਈ ਇਸ ਦਾ ਕੋਈ ਮਾਲਕ ਹੈ, ਇਸ ਨੂੰ ਕਿਸੇ ਨੇ ਰੱਖਿਆ ਹੈ, ਜੇਕਰ ਅਸੀਂ ਇਸ ਤੇ ਮਾਰਾਂਗੇ ਤਾਂ ਸਾਡੇ ਲੜਨ ਵਾਸਤੇ ਵੀ ਆ ਸਕਦਾ ਹੈ। ਪਰ ਜਿਹੜੇ ਅਵਾਰਾ ਦਰਵੇਸ਼ ਨੇ ਉਹਨਾਂ ਨੂੰ ਥਾਂ ਥਾਂ ਮਾਰ ਪੈਂਦੀ ਹੈ। ਕਹਿਣ ਤੋਂ ਭਾਵ ਹੈ ਜੇਕਰ ਭਾਈ ਅਸੀਂ ਗੁਰੂ ਵਾਲੇ ਬਣ ਜਾਵਾਂਗੇ ਤਾਂ ਸਾਨੂੰ ਇੱਥੇ ਵੀ ਸਤਿਕਾਰ ਮਿਲੇਗਾ ਤੇ ਉਸ ਮਾਲਕ ਦੀ ਦਰਬਾਰ ਮਾਲਕ ਦੇ ਦਰਬਾਰ ਦੇ ਵਿੱਚ ਵੀ ਸਤਿਕਾਰ ਮਿਲੇਗਾ। ਜੇਕਰ ਸਾਡੇ ਗਲ ਦੇ ਵਿੱਚ ਗੁਰੂ ਦੇ ਨਾਮ ਰੂਪੀ ਪੱਟਾ ਹੋਵੇਗਾ ਤਾਂ ਫਿਰ ਉਸ ਜਮਾ ਦੀ ਮਾਰ ਵੀ ਨਹੀਂ ਸਾਨੂੰ ਪਵੇਗੀ। ਜੇਕਰ ਅਸੀਂ ਗੁਰੂ ਨੂੰ ਧਾਰਨ ਕਰਾਂਗੇ ਆਪਣੇ ਮਨ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਗੁਰੂ ਵਾਲੇ ਬਣ ਜਾਵਾਂਗੇ, ਫਿਰ ਦਰ ਦਰ ਦੀ ਠੋਕਰ ਨਹੀਂ ਖਾਣੇ ਪਵੇਗੀ। ਫਿਰ ਸਾਡੇ ਗਲ ਦੇ ਵਿੱਚ ਸਾਡੇ ਮਾਲਕ ਦਾ, ਸਾਡੇ ਗੁਰੂ ਦਾ ਉਹ ਪੱਟਾ ਹੋਵੇਗਾ ਨਿਸ਼ਾਨੀ ਪਾਈ। ਇਸ ਕਰਕੇ ਜੇਕਰ ਜਮਾ ਦੀ ਮਾਰ ਤੋਂ ਵੀ ਬਚਣਾ ਹੈ ਤਾਂ ਗੁਰੂ ਵਾਲੇ ਬਣਨਾ ਬਹੁਤ ਹੀ ਜ਼ਰੂਰੀ ਹੈ। ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਇਸ ਜੀਵਨ ਦੇ ਵਿੱਚ ਹੀ ਅਸੀਂ ਉਸ ਮਾਲਕ ਨੂੰ ਮਿਲ ਸਕਦੇ ਹਾਂ, ਬੰਦਗੀ ਕਰ ਸਕਦੇ ਹਾਂ, 84 ਦੇ ਚੱਕਰ ਨੂੰ ਖਤਮ ਕਰ ਸਕਦੇ ਹਾਂ। ਸਾਧੂ ਮਹਾਤਮਾ ਹੀ ਇਸ ਸੰਸਾਰ ਦੇ ਵਿੱਚ ਆਉਂਦੇ ਨੇ, ਸਾਨੂੰ ਸੰਸਾਰ ਦੇ ਪਵ ਸਾਗਰ ਤੋਂ ਬਾਹਰ ਕੱਢਦੇ ਨੇ। ਇਸ ਕਰਕੇ ਭਾਈ ਇਹ ਸਮਾਂ ਮਿਲਿਆ ਹੈ, ਇਸ ਨੂੰ ਵਿਅਰਥ ਨਹੀਂ ਗਵਾਉਣਾ। ਜਿਹੜੇ ਸਾਡੇ ਸਵਾਸ ਨੇ ਇਹਨਾਂ ਦੀ ਬਹੁਤ ਵੱਡੀ ਕੀਮਤ ਹੈ, ਪਰ ਜੀਵਨ ਇਹਨਾਂ ਦੀ ਕੀਮਤ ਦਾ ਨਹੀਂ ਪਤਾ ਕਿ ਸਵਾਸਾਂ ਦੀ ਕਿੰਨੀ ਵੱਡੀ ਕੀਮਤ ਹੈ। ਇੱਕ ਇੱਕ ਸਵਾਸ ਦੀ ਬਹੁਤ ਵੱਡੀ ਕੀਮਤ ਹੈ। ਜਦੋਂ ਸਾਨੂੰ ਇਹਨਾਂ ਸਵਾਸਾਂ ਦੀ ਕੀਮਤ ਦਾ ਪਤਾ ਚੱਲ ਜਾਵੇਗਾ ਤੇ ਫਿਰ ਅਸੀਂ ਇੱਕ ਵੀ ਸਵਾਸ ਵਿਰਥਾ ਨਹੀਂ ਜਾਣ ਦੇਵਾਂਗੇ। ਜਿਹੜੇ ਪਰਮੇਸ਼ਰ ਪਰਮਾਤਮਾ ਦੇ ਪਿਆਰੇ ਹੋਏ ਨੇ, ਜਿਨ੍ਹਾਂ ਨੇ ਇਹ ਸਵਾਸਾਂ ਦੀ ਕੀਮਤ ਨੂੰ ਸਮਝਿਆ ਹੈ, ਫਿਰ ਉਹਨਾਂ ਨੇ ਇੱਕ ਵੀ ਸਵਾਸ ਪ੍ਰਭੂ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਵਿਰਥਾ ਨਹੀਂ ਗਵਾਇਆ। ਫਿਰ ਇੱਕ ਇੱਕ ਸਵਾਸ ਉਹਨਾਂ ਨੇ ਖਾਣ ਪੀਣ ਲੱਗੇ, ਸੌਣ ਲੱਗੇ, ਉਸ ਮਾਲਕ ਦੀ ਯਾਦ ਦੇ ਵਿੱਚ ਲਾਇਆ ਹੈ। ਭਾਈ ਜਦ ਤੱਕ ਸਾਨੂੰ ਆਪਣੇ ਜੀਵਨ ਇਸ ਸਵਾਸਾਂ ਦੀ ਕੀਮਤ ਦਾ ਨਹੀਂ ਪਤਾ ਚੱਲਦਾ, ਜਦ ਤੱਕ ਅਸੀਂ ਇਹ ਸਵਾਸ ਵਿਰਥੇ ਗਵਾ ਰਹੇ ਹਾਂ। ਇੱਕ ਇੱਕ ਸਵਾਸ ਮੋਲਕ ਜਾਵੇ, ਹੱਥ ਨਾ ਆਵੇ ਲੱਗਾ ਕਿ ਇੱਕ ਸਵਾਸ ਦੀ ਬਹੁਤ ਵੱਡੀ ਕੀਮਤ ਹੈ। ਭਾਈ ਲੱਖਾਂ ਰੁਪਈਏ ਦੇ ਕੇ ਵੀ ਵਾਪਸ ਨਹੀਂ ਆਉਣੇ। ਜਿਹੜੇ ਸਵਾਸ ਚਲੇ ਗਏ ਨੇ ਉਹ ਚਲੇ ਗਏ ਨੇ, ਪਰ ਜਿਹੜੇ ਸਵਾਸ ਹਨ ਦੇ ਕੋਲ ਉਹ ਪਰਮੇਸ਼ੁਰ ਪਰਮਾਤਮਾ ਦੀ ਸਵਾਸਾਂ ਦੀ ਪੂੰਜੀ ਜਿੰਨੀ ਵੀ ਬਚਦੀ ਹੈ ਕੋਸ਼ਿਸ਼ ਕਰਨੀ ਹੈ ਉਸ ਮਾਲਕ ਦੇ ਲੇਖੇ ਦੇ ਵਿੱਚ ਲਾਉਣ ਵਾਸਤੇ, ਜਿੰਨਾ ਵੀ ਸਮਾਂ ਮਿਲਦਾ ਹੈ ਉਸ ਮਾਲਕ ਦੀ ਯਾਦ ਦੇ ਵਿੱਚ ਲਾਉਣਾ ਹੈ। ਸਵਾਸ ਸਵਾਸ ਮਾਲਕ ਦੀ ਬੰਦਗੀ ਕਰਨੀ ਹੈ, ਸਿਮਰਨ ਕਰਨਾ ਹੈ,
ਫਿਰ ਹੀ ਸਾਡਾ ਇਸ ਸੰਸਾਰ ਦੇ ਵਿੱਚ ਆਉਣਾ ਸਫਲ ਹੈ ਭਾਈ। ਅੱਜ ਬਹੁਤ ਹੀ ਵਡਭਾਗੀ ਰੂਹਾਂ ਨੇ ਜਿਹੜੀਆਂ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਪਾਸੋਂ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰਨ ਵਾਸਤੇ ਆਈਆਂ ਨੇ ਭਾਈ। ਉਹ ਧਨ ਦੌਲਤ ਜਿਸ ਲਈ ਰਾਜੇ ਮਹਾਰਾਜੇ ਵੀ ਇਸ ਸੰਸਾਰ ਤੋਂ ਰੋਂਦੇ ਗਏ ਨੇ, ਉਹ ਸਾਨੂੰ ਅੱਜ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਨਗੇ, ਜਿਸ ਨੂੰ ਅਸੀਂ ਧਨ ਦੌਲਤ ਦੇ ਨਾਂ ਨਹੀਂ ਖਰੀਦ ਸਕਦੇ, ਕਿਸੇ ਬਾਜ਼ਾਰ ਦੇ ਵਿੱਚੋਂ ਨਹੀਂ ਖਰੀਦ ਸਕਦੇ। ਉਹ ਸਾਧੂ ਮਹਾਤਮਾ ਸਾਨੂੰ ਪਰਮਾਤਮਾ ਦਾ ਨਾਮ ਦਾਨ ਦੇ ਵਿੱਚ ਬਖਸ਼ਿਸ਼ ਕਰਦੇ ਨੇ ਭਾਈ। ਉਸ ਨਾਮ ਨੂੰ ਪ੍ਰਾਪਤ ਕਰਨਾ ਹੈ, ਪ੍ਰਾਪਤ ਕਰਕੇ ਉਸਦਾ ਸਿਮਰਨ ਵੀ ਕਰਨਾ ਹੈ, ਜਿੰਨਾ ਵੀ ਸਮਾਂ ਮਿਲਦਾ ਹੈ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਵੀ ਉਸ ਮਾਲਕ ਲਈ ਸਮਾਂ ਕੱਢਣਾ ਹੈ ਭਾਈ। ਕਿਉਂਕਿ ਅਸੀਂ ਕੰਮਾਂ ਕਾਰਾਂ ਲਈ ਵੀ ਸਮਾਂ ਕੱਢਦੇ ਹਾਂ, ਦਿਨ ਰਾਤ ਆਪਣੇ ਪਰਿਵਾਰਾਂ ਲਈ ਮਿਹਨਤ ਕਰਦੇ ਹਾਂ, ਜਿਵੇਂ ਅਸੀਂ ਪਰਿਵਾਰਾਂ ਲਈ ਮਿਹਨਤ ਕਰਦੇ ਹਾਂ, ਧੀਆਂ ਪੁੱਤਰਾਂ ਲਈ ਮਿਹਨਤ ਕਰਦੇ ਹਾਂ, ਇਸੇ ਤਰ੍ਹਾਂ ਉਸ ਮਾਲਕ ਲਈ ਵੀ ਮਿਹਨਤ ਕਰਨੀ ਹੈ ਭਾਈ। ਮਾਲਕ ਸਾਡੇ ਕੋਲੋਂ ਕੁਝ ਧਨ ਦੌਲਤ ਨਹੀਂ ਮੰਗਦਾ, ਕੇਵਲ ਤੇ ਕੇਵਲ ਉਹ ਪ੍ਰੇਮ ਔਰ ਪਿਆਰ ਪਰਮਾਤਮਾ ਦਾ ਨਾਮ ਹੀ ਮੰਗਦਾ ਹੈ ਭਾਈ। ਅਸੀਂ ਪਰਮਾਤਮਾ ਦਾ ਨਾਮ ਜਪਣਾ ਹੈ, ਸਿਮਰਨ ਕਰਨਾ ਹੈ, ਕਿਉਂਕਿ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ ਤੇ ਸਾਨੂੰ ਪਰਮੇਸ਼ਵਰ ਪਰਮਾਤਮਾ ਦੇ ਨਾਮ ਦੀ ਮਹਿਕ ਆਉਂਦੀ ਹੈ ਭਾਈ। ਬਹੁਤ ਹੀ ਵਡਭਾਗੀ ਜੀਵ ਹੁੰਦੇ ਜੀ ਜਿਹਨਾਂ ਨੂੰ ਪਰਮਾਤਮਾ ਦਾ ਨਾਮ ਤੇ ਗੁਰੂ ਘਰ ਦੀ ਸੇਵਾ ਮਿਲਦੀ ਹੈ, ਸੇਵਾ ਕਰਨ ਦਾ ਸੁਆਗ ਪ੍ਰਾਪਤ ਹੁੰਦਾ ਹੈ। ਜਿਹੜੀ ਵੀ ਸੇਵਾ ਮਿਲਦੀ ਹੈ, ਜਿੰਨਾ ਵੀ ਸਮਾਂ ਮਿਲਦੀ ਹੈ, ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਜੇਕਰ ਅਸੀਂ ਆਪਣੇ ਤਨ ਦੇ ਨਾਲ ਸੇਵਾ ਵੀ ਕਰਾਂਗੇ ਤਾਂ ਵੀ ਸਾਡਾ ਜਿਹੜਾ ਜੀਵਨ ਹੈ ਸਫਲ ਹੋ ਸਕਦਾ ਹੈ, ਕਿਉਂਕਿ ਮਹਾਂਪੁਰਸ਼ਾਂ ਦੇ ਦਰਬਾਰ ਨੇ, ਇਹਨਾਂ ਦੇ ਵਿੱਚ ਜਿਹੜੀ ਸੇਵਾ ਹੈ ਉਹ ਵੀ ਕਰਮਾਂ ਭਾਗਾਂ ਦੇ ਨਾਲ ਮਿਲਦੀ ਹੈ। ਇਸ ਕਰਕੇ ਭਾਈ ਜਿੰਨਾ ਵੀ ਸਮਾਂ ਮਿਲਦਾ ਇਸ ਦਰਬਾਰ ਦੇ ਵਿੱਚ ਬੈਠ ਕੇ ਆਪਣੀ ਬੰਦਗੀ ਵੀ ਕਰਨੀ ਹੈ, ਸਿਮਰਨ ਵੀ ਕਰਨਾ ਹੈ ਤੇ ਸੇਵਾ ਦੇ ਵਿੱਚ ਵੀ ਆਪਣਾ ਜੀਵਨ ਲਾਉਣਾ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਜਿਹੜੇ ਜੀਵ ਮਨ ਚਿੱਤ ਕਰਕੇ ਉਸ ਗੁਰੂ ਦੇ ਚਰਨਾਂ ਦੇ ਵਿੱਚ ਸੇਵਾ ਕਰਦੇ ਨੇ, ਇਸ ਦਰਬਾਰ ਦੀ ਸੇਵਾ ਕਰਦੇ ਨੇ, ਉਹ ਵੀ ਮਾਲਕ ਦੇ ਦਰਬਾਰ ਦੇ ਵਿੱਚ ਉਹਨਾਂ ਦੀ ਸੇਵਾ ਪ੍ਰਵਾਨ ਹੁੰਦੀ ਹੈ। ਇਸ ਕਰਕੇ ਭਾਈ ਮਨੁੱਖਾ ਜੀਵਨ ਮਿਲਿਆ ਹੈ, ਇਸ ਨੂੰ ਸਫਲ ਕਰਨਾ ਹੈ, ਪੂਰਨ ਸਾਧੂ ਮਹਾਤਮਾ ਦੇ ਚਰਨਾਂ ਦੇ ਵਿੱਚ ਲਾਉਣਾ ਹੈ, ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਣਾ ਹੈ, ਬੰਦਗੀ ਕਰਨੀ ਹੈ, ਜਿੰਨਾ ਵੀ ਸਮਾਂ ਮਿਲਦਾ ਹੈ ਸੇਵਾ ਦੇ ਵਿੱਚ ਲਾਉਣਾ ਹੈ ਤੇ ਫਿਰ ਹੀ ਸਾਡਾ ਇਸ ਸੰਸਾਰ ਦੇ ਵਿੱਚ ਆਉਣਾ ਸਫਲ ਹੈ। ਜਪੋ ਜੀ ਸਤਨਾਮ ਸਤਨਾਮ ਸਤਨਾਮ, ਜੋ ਬੋਲੇ ਸੋ ਨਿਰਭੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ, ਜੋ ਬੋਲੇ ਸੋ ਨਿਰਭੈ ਸਤਿਗੁਰ ਸਵਾਮੀ ਸਰਵਨਦਾਸ ਮਹਾਰਾਜ ਕੀ ਜੈ, ਜੋ ਬੋਲੇ ਸੋ ਨਿਰਭੈ ਸਰਭੇਖ ਭਗਵਾਨ ਕੀ ਜੈ। ਜੈ ਗੁਰਦੇਵ, ਧੰਨ ਗੁਰਦੇਵ, ਸਤਨਾਮ ਸਤਨਾਮ।